ਨੰਡੋਤ ਵੰਦਨ ਅਨਕਵਾਰ ਸਰਵ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭ ਨਾਨਕ ਦੇ ਕਰ ਹੱਥ ਬੇਸ਼ੁਮਾਰ ਅਥਾਹ ਅਗਨਤ ਅਤੁਲ ਜਿਉਂ ਬੁਲਾਵੈ ਤਿਉਂ ਨਾਨਕ ਦਾਸ ਬੁਲੈ ਪਰਮ ਸਤਿਕਾਰਯੋਗ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਚਵਰ ਛਤਰ ਤਖਤਾਂ ਦੇ ਮਾਲਕ ਗਰੀਬ ਨਿਵਾਜ ਸਤਿਗੁਰੂ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਕਿਰਪਾ ਮਿਹਰ ਰਹਿਮਤ ਦਾ ਸਦਕਾ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਪੜ੍ਹਨ ਸੁਣਨ ਵਿਚਾਰਨ ਦਾ ਸਤਿਗੁਰਾਂ ਨੇ ਸੁਭਾਗ ਬਖਸ਼ਿਆ। ਸਤਿਗੁਰੂ ਸਾਹਿਬ ਦੀ ਕਿਰਪਾ ਸਦਕਾ ਅੱਜ ਸ੍ਰੀ ਸੁਖਮਨੀ ਸਾਹਿਬ ਦੀ ਪਹਿਲੀ ਅਸ਼ਟਪਦੀ ਦੇ ਸੱਤਵੇਂ ਔਰ ਅੱਠਵੇਂ ਪਦੇ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ। ਲਵਾਈਏ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹਾਜ਼ਰੀ, ਪਿਆਰ ਭਾਵਨਾ ਦੇ ਵਿੱਚ ਆ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬਹੁ ਨ ਝੂਰੇ। ਹੇ ਭਾਈ, ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦਇਆ ਸਿਮਰਨ ਕਰਨ ਦੇ ਨਾਲ, ਪ੍ਰਭ ਕੈ ਸਿਮਰਨ, ਵਾਹਿਗੁਰੂ ਦੇ ਸਿਮਰਨ ਦੇ ਵਿੱਚ ਇਹ ਬਰਕਤ ਹੈ ਕਿ ਸਾਰੇ ਕਾਰਜ ਪੂਰੇ ਹੋ ਜਾਂਦੇ ਹਨ। ਸਤਿਗੁਰਾਂ ਦਾ ਫਰਮਾਨ ਹੈ, ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸ਼ਰਣੀ ਲਾਗੈ। ਸਤਿਗੁਰੂ ਕਿਰਪਾ ਕਰਦੇ ਹਨ, ਧਰਮ ਅਰਥ ਕਾਮ ਮੋਕਸ਼, ਲੋਕ ਦੇ ਕਾਰਜ ਵੀ ਪਰਲੋਕ ਦੇ ਕਾਰਜ ਵੀ ਸਿੱਧ ਹੋ ਜਾਂਦੇ ਨੇ। ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਸਾਚੇ ਸਾਹਿਬਾ ਕਿਆ ਨਹੀਂ ਕਰਦੇ ਰਹੇ, ਕਰਦਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ। ਹੇ ਵਾਹਿਗੁਰੂ, ਤੇਰੇ ਹੱਥ ਹੈ ਸਭ ਕੁਝ। ਇਹ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦੇ ਤੋਂ ਵਾਹਿਗੁਰੂ ਤੋਂ ਦਾਤ ਲੈਣ ਦੇ ਲਈ ਸਾਨੂੰ ਉਸ ਮਾਲਕ ਦੀ ਕੀਰਤੀ ਦੇ ਵਿੱਚ ਜੁੜਨਾ, ਉਹਦੇ ਸਿਮਰਨ ਦੇ ਵਿੱਚ ਜੁੜਨਾ, ਸਿਮਰਨ ਦੀਆਂ ਬਰਕਤਾਂ ਸਦਕਾ ਪ੍ਰਭ ਕੈ ਸਿਮਰਨ ਕਾਰਜ ਪੂਰੇ, ਸਾਰੇ ਕਾਰਜ ਪੂਰੇ ਹੋ ਜਾਂਦੇ ਨੇ। ਅੱਗੇ ਸਤਿਗੁਰੂ ਕਿਰਪਾ ਕਰਦੇ ਨੇ, ਕਹਿੰਦੇ ਭਾਈ ਪ੍ਰਭ ਕੈ ਸਿਮਰਨ ਕਬਹੁ ਨ ਝੂਰੇ।
ਵਾਹਿਗੁਰੂ ਦਾ ਸਿਮਰਨ ਕਰਨ ਦੇ ਨਾਲ ਕਹਿੰਦੇ ਜ਼ਿੰਦਗੀ ਦਾ ਕੋਈ ਝੋਰਾ ਰਹਿ ਨਹੀਂ ਜਾਂਦਾ, ਸਾਰੇ ਖਤਮ ਹੋ ਜਾਂਦੇ ਨੇ, ਸਾਰੇ ਦੁਨੀਆਂ ਦੇ ਕੰਮ ਕਰਦੇ ਹਾਂ ਆਪਾਂ, ਕਈ ਵਾਰੀ ਮਨ ਦੀ ਤਸੱਲੀ ਨਹੀਂ ਹੁੰਦੀ, ਆਪਾਂ ਝੋਨਾ ਸ਼ੁਰੂ ਕਰ ਦਿੰਦੇ ਹਾਂ, ਇੰਨਾ ਸਮਾਂ ਲੱਗ ਗਿਆ, ਸਮਾਂ ਵੀ ਬਰਬਾਦ ਗਿਆ, ਪੈਸੇ ਦੀ ਬਰਬਾਦੀ, ਪਰ ਵਾਹਿਗੁਰੂ ਪਰਮੇਸ਼ਰ ਦੇ ਲੇਖੇ ਲੱਗਿਆ ਸਮਾਂ ਸਵਾਸ, ਸਭਲੇ ਹੀ ਸਭਲੇ ਨੇ, ਕਦੇ ਪਛਤਾਵਾ ਨਹੀਂ ਹੋਵੇਗਾ। ਸਗੋਂ ਜਦੋਂ ਇਸ ਘੜੀਆਂ ਦਾ, ਇਸ ਸਮੇਂ ਦਾ ਪਤਾ ਲੱਗੇਗਾ, ਜੋ ਸਵਾਸ ਗੁਰੂ ਦੇ ਲੇਖੇ ਲੱਗੇ ਨੇ ਇਹਦਾ ਮੁੱਲ ਪਵੇਗਾ ਦਰਗਾਹ ਦੇ ਵਿੱਚ। ਉਲਟ ਮਨ ਵਿੱਚ ਇਹ ਜ਼ਰੂਰ ਹੋਵੇਗਾ, ਮਨਾ ਕਿਉਂ ਨਾ ਹੋਰ ਸਮਾਂ, ਪਤਾ ਲੱਗੇਗਾ ਮੁੱਲ ਪਵੇਗਾ, ਕੀਮਤ ਪਵੇਗੀ ਇਹਨਾਂ ਸਮੇਂ ਦੀ, ਘੜੀਆਂ ਦੀ, ਸਵਾਸਾਂ ਦੀ। ਸਗੋਂ ਇਸ ਗੱਲ ਦਾ ਪਛਤਾਵਾ ਜ਼ਰੂਰ ਹੋਵੇਗਾ, ਮਨਾ ਕਿਉਂ ਨਾ ਇੰਨਾ ਸਸਤਾ ਸੌਦਾ ਲੁੱਟਣਾ ਹੈ ਤਾਂ ਲੁੱਟ ਲੈ, ਰਾਮ ਨਾਮ ਹੈ ਲੁੱਟ, ਮਨਾ ਕਿਉਂ ਨਾ ਇਹ ਅਮੋਲਕ ਵਸਤੂ ਦਾ ਤੈਂ ਵਣਜ ਕੀਤਾ। ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰ ਰਹੇ ਹਨ, ਪ੍ਰਭ ਕੈ ਸਿਮਰਨ ਹਰ ਗੁਣ ਬਾਣੀ, ਹਰੀ ਵਾਹਿਗੁਰੂ ਦੇ ਸਿਮਰਨ ਕਰਕੇ ਹਰ ਵਾਹਿਗੁਰੂ ਦੇ ਗੁਣਾਂ ਵਾਲੀ ਗੁਣ ਬਾਣੀ ਕਹਿੰਦੇ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦੇ, ਪ੍ਰਭ ਕੈ ਸਿਮਰਨ ਹਰ ਗੁਣ ਬਾਣੀ, ਹਰੀ ਵਾਹਿਗੁਰੂ ਦੇ ਸਿਮਰਨ ਕਰਕੇ ਵਾਹਿਗੁਰੂ ਦੇ ਗੁਣਾਂ ਵਾਲੀ ਵਣ ਨਿਕਲਦੀ ਹੈ। ਪ੍ਰਭ ਕੈ ਸਿਮਰਨ ਸਹਿਜ ਸਮਾਨੀ, ਕਹਿੰਦੇ ਭਾਈ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦੇ ਸਿਮਰਨ ਕਰਕੇ ਸਹਿਜ ਭਾਵ ਸੁਤੇ ਸਿੱਧ ਹੀ ਵਿਰਦੀ ਵਾਹਿਗੁਰੂ ਦੇ ਵਿੱਚ ਸਮਾਨੀ ਭਾਵ ਸਮਾ ਜਾਂਦੀ ਹੈ। ਪ੍ਰਭ ਕੇ ਸਿਮਰਨ ਹਰ ਗੁਣ ਬਾਣੀ, ਸਿਮਰਨ ਦੇ ਸਦਕਾ ਆਤਮਕ ਗਿਆਨ ਦੀ ਅਵਸਥਾ ਦੇ ਨਾਲ ਮੁਖੋਂ ਵਾਹਿਗੁਰੂ ਦੀ ਪਰਮਾਤਮਾ ਦੀ ਬਾਣੀ ਨਿਕਲਦੀ ਹੈ। ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦੇ ਵਿੱਚ ਇਹ ਸਹਿਜੇ ਹੀ ਜੀਵ ਆਤਮਾ ਸਮਾ ਜਾਂਦੀ ਹੈ। ਪ੍ਰਭ ਕੈ ਸਿਮਰਨ ਨਿਹਚਲ ਆਸਨ, ਹੇ ਭਾਈ ਵਾਹਿਗੁਰੂ ਪਰਮੇਸ਼ਰ ਦੇ ਸਿਮਰਨ ਕਰਦੇ ਨਾਲ ਨਿਹਚਲ ਅਚਲ ਆਸਨ ਪ੍ਰਾਪਤ ਹੋ ਜਾਂਦਾ ਹੈ, ਭਾਵ ਚਿੱਤ ਅਸਥਿਤ ਹੋ ਜਾਂਦਾ ਹੈ। ਪ੍ਰਭ ਕੈ ਸਿਮਰਨ ਕਮਲ ਵਿਗਾਸਨ, ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦੇ ਸਿਮਰਨ ਕਰਕੇ ਹਿਰਦੇ ਰੂਪੀ ਕੌਲ ਵਿਗਾਸਨ ਭਾਵ ਖਿੜ ਜਾਂਦਾ ਹੈ, ਭਾਵ ਕਰਣਾ ਮੈਤਰੀ ਰੂਪ ਪੰਖੜੀਆਂ ਦੇ ਵਿੱਚੋਂ ਪ੍ਰੀਤ ਰੂਪ ਖੁਸ਼ਬੂ ਆਉਂਦੀ ਹੈ। ਪ੍ਰਭ ਕੈ ਸਿਮਰਨ ਅਨਹਦ ਚੁਣਕਾਰ, ਸਤਿਗੁਰੂ ਜੀ ਕਿਰਪਾ ਕਰ ਰਹੇ ਹਨ, ਕਹਿੰਦੇ ਭਾਈ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦੇ ਸਿਮਰਨ ਦੇ ਸਦਕਾ, ਪਰਮਾਤਮਾ ਦੇ ਸਿਮਰਨ ਦੇ ਸਦਕਾ, ਕਹਿੰਦੇ ਅਨਹਦ ਜਿਹਦੀ ਕੋਈ ਵੀ ਹੱਦ ਨਹੀਂ,
ਇੱਕ ਰਸ ਚੁਣਕਾਰ ਆਨੰਦ ਦੇ ਵਾਜੇ ਵੱਜਦੇ ਹਨ। ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ, ਹਰੀ ਵਾਹਿਗੁਰੂ ਦੇ ਭਜਨ ਕਰਕੇ ਜੋ ਸੁਖ ਹੈ ਉਸਦਾ ਅੰਤ ਪਾਰ, ਭਾਵ ਪਰਲਾ ਕਿਨਾਰਾ ਨਹੀਂ, ਅੰਤ ਨਾ ਪਾਰ, ਉਹ ਅਨਹਦ ਹੈ, ਅਨੰਤ ਹੈ, ਉਹਦਾ ਕਦੇ ਪਰਲਾ ਕਿਨਾਰਾ ਹੋ ਹੀ ਨਹੀਂ ਸਕਦਾ। ਵਾਹਿਗੁਰੂ ਬੇਅੰਤ ਹੈ, ਅਨਹਦ ਹੈ, ਕੋਈ ਹੱਦ ਹੀ ਨਹੀਂ। ਸਤਿਗੁਰੂ ਇਸੇ ਕਰਕੇ ਕਹਿੰਦੇ ਨੇ, ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਪ੍ਰਭ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ। ਅੰਤ ਪਾਇਆ ਨਹੀਂ ਜਾ ਸਕਦਾ, ਨਾ ਅੰਤ ਹੈ ਹੀ। ਸਿਮਰੈ ਸੇ ਜਨ ਜਿਨ ਕੋ ਪ੍ਰਭ ਮਾਇਆ। ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦੇ ਸਿਮਰਨ ਨੂੰ ਉਹੀ ਜਨ, ਉਹੀ ਪੁਰਖ, ਉਹੀ ਇਨਸਾਨ ਉਸ ਮਾਲਕ ਨੂੰ ਯਾਦ ਕਰਦੇ ਨੇ, ਸਿਮਰਨ ਦੇ ਵਿੱਚ ਉਹੀ ਜੁੜਦੇ ਨੇ ਭਾਈ। ਸਿਮਰੈ ਸੇ ਜਨ, ਉਹੀ ਜਨ ਜੁੜਦੇ ਨੇ ਜਿਨ ਕੋ ਪ੍ਰਭ ਮਾਇਆ, ਜਿਨ੍ਹਾਂ ਦੇ ਉੱਤੇ ਵਾਹਿਗੁਰੂ ਦੀ ਕਿਰਪਾ ਹੁੰਦੀ ਹੋਵੇ, ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਦ੍ਰਿਸ਼ਟੀ ਹੋਵੇ। ਨਹੀਂ ਇਸ ਅਮੋਲਕ ਵਸਤੂ ਦੇ ਵਣਜ ਦੇ ਲਈ ਵੇਖਿਆ ਨਾ, ਜਿੰਨੀ ਕੋਈ ਕੀਮਤੀ ਚੀਜ਼ ਹੋਵੇ ਉਹਨਾਂ ਉਹਦਾ ਗਾਹਕ ਘੱਟ ਹੋਵੇਗਾ। ਹੁਣ ਸੋਨੇ ਦੀ ਦਾ ਮੁੱਲ, ਹੀਰੇ ਲਾਲ ਜਵਾਹਰਾਤਾਂ ਦਾ ਮੁੱਲ ਜੌਹਰੀ ਪਾ ਸਕਦਾ, ਕੱਪੜੇ ਦਾ ਕੱਪੜੇ ਦੇ ਵਪਾਰੀ ਨੂੰ ਪਤਾ ਹੋਵੇਗਾ। ਇਸੇ ਤਰ੍ਹਾਂ ਜਿਹਦਾ ਕੋਈ ਕਿੱਤਾ ਹੁੰਦਾ ਕਾਰਜ, ਉਸ ਨੂੰ ਪਤਾ ਹੁੰਦਾ ਕਿ ਇਹਦੀ ਕੀ ਕੀਮਤ ਹੈ। ਇਸੇ ਤਰ੍ਹਾਂ ਭਾਈ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦਾ ਨਾਮ ਇੰਨਾ ਕੀਮਤੀ, ਇਹ ਪ੍ਰਾਪਤ ਇਸੇ ਕਰਕੇ ਇਹਦੇ ਗਾਹਕ ਘੱਟ ਨੇ, ਸਾਨੂੰ ਸੋਝੀ ਨਹੀਂ, ਸਾਨੂੰ ਗਿਆਨ ਨਹੀਂ। ਜਿਨ੍ਹਾਂ ਨੂੰ ਸੋਝੀ ਆ ਗਈ, ਗੁਰੂ ਨੇ ਕਿਰਪਾ ਕਰ ਦਿੱਤੀ, ਉਹ ਫਿਰ ਉਹ ਇਸ ਵਣਜ ਨੂੰ ਕਰਦੇ ਨੇ। ਉਹਨਾਂ ਨੂੰ ਪਤਾ ਉਹ ਇੱਕ ਸਵਾਸ ਵੀ ਵਿਰਥਾ ਨਹੀਂ ਜਾਣ ਦਿੰਦੇ। ਸਵਾਸ ਸਾਸ ਉਸ ਮਾਲਕ ਨੂੰ ਯਾਦ ਕਰਦੇ ਨੇ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਤਿਗੁਰੂ ਵਾਰ ਵਾਰ ਸਮਝਾਉਂਦੇ ਨੇ ਭਾਈ ਇਹ ਬੜੀ ਮੂਰਖ ਵਸਤੂ ਆ, ਇਹਨੂੰ ਸਿਮਰ ਨਾ ਕਰੋ। ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਕਹਿੰਦੇ ਭਾਈ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦੇ ਨਾਮ ਨੂੰ ਇੱਕ ਪਲ ਵੀ ਨਾ ਵਿਸਾਰੋ, ਇੱਕ ਸਵਾਸ ਵੀ ਨਾਮ ਤੋਂ ਬਿਨਾਂ ਵਿਰਥਾ ਨਾ ਜਾਵੇ, ਉਹਨੂੰ ਸਿਮਰ ਨਾ ਕਰੋ। ਪਰ ਸਿਮਰਦੇ ਉਹੀ ਹਨ ਜਿਨ੍ਹਾਂ ਤੇ ਵਾਹਿਗੁਰੂ ਦੀ ਕਿਰਪਾ ਹੋ ਜਾਵੇ, ਪਰਮਾਤਮਾ ਦੀ ਕਿਰਪਾ ਹੋ ਜਾਵੇ। ਸਿਮਰੈ ਸੇ ਜਨ ਜਿਨ ਕੋ ਪ੍ਰਭ ਮਾਇਆ, ਜਿਨ੍ਹਾਂ ਦੇ ਉੱਤੇ ਵਾਹਿਗੁਰੂ ਦੀ ਦ੍ਰਿਸ਼ਟੀ ਹੁੰਦੀ ਹੈ। ਨਾਨਕ ਤਿੰਨ ਜਨ ਸ਼ਰਣੀ ਪਿਆ, ਸਤਿਗੁਰੂ ਜੀ ਕਥਨ ਕਰਦੇ ਨੇ। ਕਹਿੰਦੇ ਭਾਈ ਨਾਨਕ ਤਿੰਨ ਜਨ, ਸਤਿਗੁਰੂ ਕਹਿੰਦੇ ਅਸੀਂ
ਉਹਨਾਂ ਜਨਾਂ ਦੇ ਬਲਿਹਾਰੇ ਜਾਂਦੇ ਹਾਂ, ਉਹਨਾਂ ਦੇ ਸ਼ਰਨੀ ਪੈਣ ਨੂੰ ਤਿਆਰ ਹਾਂ, ਉਹਨਾਂ ਦੀ ਸ਼ਰਨੀ ਭਾਵ ਓਟ ਵਿੱਚ ਪੈਣਾ ਕਰਦੇ ਹਾਂ, ਕਿਉਂਕਿ ਜਿਨ੍ਹਾਂ ਤੇ ਮਾਲਕ ਦੀ ਕਿਰਪਾ ਹੋ ਗਈ, ਮਾਇਆ ਹੋ ਗਈ, ਦ੍ਰਿਸ਼ਟੀ ਹੋ ਗਈ, ਹੁਣ ਕਿਰਪਾ ਕੌਣ ਲੈ ਸਕਦਾ? ਜਿਹੜਾ ਭਾਈ ਵਾਹਿਗੁਰੂ ਨੂੰ ਜਪੇਗਾ, ਸਿਮਰੇਗਾ, ਯਾਦ ਕਰੇਗਾ, ਜਿਹੜਾ ਯਾਦ ਕਰਦਾ, ਸਤਿਗੁਰੂ ਕਹਿੰਦੇ ਨਾਨਕ ਸੇ ਜਨ ਸਿਮਰੈ ਸੇ ਜਨ ਜਿਨ ਕੋ ਪ੍ਰਭ ਮਾਇਆ, ਕਹਿੰਦੇ ਉਹੀ ਸਿਮਰ ਸਕਦੇ ਜਿਤੇ ਵਾਹਿਗੁਰੂ ਦੀ ਕਿਰਪਾ ਹੋ ਜਾਵੇ। ਨਾਨਕ ਤਿੰਨ ਜਨ ਸ਼ਰਨੀ ਪਿਆ, ਕਹਿੰਦੇ ਵੀ ਅਸੀਂ ਇਹੋ ਜਿਹੇ ਗੁਰਮੁਖਾਂ ਦੇ ਚਰਨੀ ਪੈਣ ਨੂੰ ਤਿਆਰ ਹੋਣਾ। ਵੇਖੋ ਵਾਹਿਗੁਰੂ ਕਿੰਨਾ ਨਾਮ ਜਪਣ ਵਾਲਿਆਂ ਦੀ ਸ਼ੋਭਾ ਵਡਿਆਈ ਕਰਦੇ ਨੇ। ਫਿਰ ਜਦੋਂ ਸਤਿਗੁਰੂ ਆਪਣੇ ਮੁਖ ਤੋਂ ਇਹ ਵਚਨ ਕਹਿੰਦੇ ਹੋਣ, ਅਸੀਂ ਜਪਣ ਨੂੰ ਤਿਆਰ ਨਾ ਹੋਈਏ, ਫਿਰ ਕਿਤੇ ਨਾ ਕਿਤੇ ਮਨ ਦੇ ਵਿੱਚ ਅਫਸੋਸ ਜ਼ਰੂਰ ਆਉਂਦਾ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਵੇਖੋ ਜਿਨ੍ਹਾਂ ਨੇ ਜਪਿਆ ਉਹਨਾਂ ਦੀ ਮਹਿਮਾ, ਉਹਨਾਂ ਦੀ ਜੈ ਜੈਕਾਰ ਸੰਸਾਰ ਦੇ ਵਿੱਚ ਹੋਈ। ਸੰਸਾਰ ਜੈ ਜੈਕਾਰ ਕਰਦਾ ਹਰ ਸਿਮਰਨ ਕਰ, ਵਾਹਿਗੁਰੂ ਦਾ ਸਿਮਰਨ ਕਰਕੇ ਉਹ ਦੁਨੀਆਂ ਦੇ ਵਿੱਚ ਪ੍ਰਗਟ ਹੋ ਗਏ। ਆਪ ਜੀ ਅਕਸਰ ਸਰਵਣ ਕਰਦੇ ਹੋ ਨਾ, ਜਿਨ੍ਹਾਂ ਨੂੰ ਦੁਨੀਆਂ ਦੁਰਕਾਰ ਦੀ ਸੀ, ਨਾਮ ਜਪਤ ਚੌਂ ਕੁੰਟ ਜਾਣੈ, ਚਾਰੇ ਕੁੰਟਾਂ ਦੇ ਵਿੱਚ ਉਹਨਾਂ ਨੂੰ ਜਾਣਨ ਲੱਗ ਗਏ। ਰਵਿਦਾਸ ਢਵੰਤਾ ਟਹੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ, ਸੰਗਤ ਦੇ ਵਿੱਚ ਪ੍ਰਗਟ ਹੋ ਗਏ, ਦੁਨੀਆਂ ਦੇ ਵਿੱਚ ਸੰਸਾਰ ਦੇ ਵਿੱਚ ਪ੍ਰਗਟ ਹੋ ਗਏ। ਨਾਮ ਦੇ ਭਗਤ ਬਾਬਤ ਸਤਿਗੁਰੂ ਪੰਚਮ ਪਾਤਸ਼ਾਹ ਕਹਿੰਦੇ ਨੇ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਇੰਨਾ ਮਨ ਤਦਾਕਾਰ ਕਰ ਲਿਆ, ਆਦ ਦਾਮ ਕੋ ਛਿਪਰੋ ਹੋਇਓ ਲਾਗੀਣਾ। ਜਿਹਨੂੰ ਅੱਧੀ ਕੌਡੀ ਤੱਕ ਨਹੀਂ ਕੋਈ ਜਾਣਦਾ, ਉਹਦਾ ਅੱਜ ਮੁੱਲ ਲੱਖਾਂ ਦੇ ਵਿੱਚ, ਲੱਖਾਂ ਦੀ ਪਟਾਵਾਂ ਉਹਨਾਂ ਦੇ ਚਰਨਾਂ ਦੇ ਵਿੱਚ। ਇਹ ਆ ਵਾਹਿਗੁਰੂ ਦੇ ਸਿਮਰਨ ਦਾ ਪ੍ਰਤਾਪ। ਵਾਹਿਗੁਰੂ ਦੇ ਸਿਮਰਨ ਕਰਨ ਵਾਲੇ ਹਰ ਆਪਣੀ ਵਡਿਆਈ ਭਾਵ ਦੀ ਜਨ ਕਾ ਜੈਕਾਰ ਕਰਾਈ। ਮਾਲਕ ਆਪਣੇ ਸੇਵਕਾਂ ਦੀ ਜੈ ਜੈਕਾਰ ਕਰਦਾ, ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ। ਲੋਕ ਦੇ ਵਿੱਚ ਵੀ, ਪਰਲੋਕ ਦੇ ਵਿੱਚ ਵੀ ਉਹਦੀ ਜੈ ਜੈਕਾਰ ਹੁੰਦੀ ਹੈ। ਹਰ ਸਿਮਰਨ ਲੱਗ ਵੇਦ ਉਪਾਏ, ਵਾਹਿਗੁਰੂ ਦੇ ਸਿਮਰਨ ਦੇ ਵਿੱਚ ਲੱਗ ਕੇ ਬ੍ਰਹਮਾ ਨੇ ਵੇਦਾਂ ਨੂੰ ਉਪਾਏ ਭਾਵ ਪ੍ਰਗਟ ਕੀਤਾ। ਭਾਵ ਬ੍ਰਹਮਾ ਜੀ ਦੇ ਅੰਦਰ ਕੋਈ ਸ਼ਕਤੀ ਨਹੀਂ ਸੀ, ਜਦੋਂ ਕੌਲ ਦੀ ਨਲੀ ਚੋਂ ਨਿਕਲ ਕੇ ਵਾਸਦੇਵ ਦਾ ਜਪ ਕੀਤਾ, ਫਿਰ ਚਾਰੇ ਵੇਦ ਉਪਾਏ ਭਾਵ ਉਤਪੰਨ ਕੀਤੇ।
ਭਾਵ ਗਿਆਤਾ ਹੋਵੇ। ਬ੍ਰਹਮੇ ਦਿੱਤੇ ਵੇਦ ਪੂਜਾ ਲਾਇਆ। ਇਸੇ ਤਰ੍ਹਾਂ ਸਤਿਗੁਰੂ ਜੀ ਕਿਰਪਾ ਕਰ ਰਹੇ ਹਨ, ਹਰ ਸਿਮਰਨ ਭੈ ਸਿੱਧ ਜਤੀ ਦਾਤੇ। ਵੇਖੋ ਵਾਹਿਗੁਰੂ ਦੇ ਸਿਮਰਨ ਦਾ ਕਿੱਡਾ ਪ੍ਰਤਾਪ। ਵਾਹਿਗੁਰੂ ਪਰਮੇਸ਼ਰ ਦੇ ਸਿਮਰਨ ਕਰਕੇ ਸਿੱਧ ਭਾਵ ਸਿੱਧੀ ਪ੍ਰਾਪਤ ਵਾਲੇ ਯੋਗੀ ਲੋਕ, ਜਤ ਰੱਖਣ ਵਾਲੇ ਜਤੀ ਦਾਤੇ, ਦਾਨ ਆਦਿ ਕਰਨ ਵਾਲੇ, ਹਰ ਸਿਮਰਨ ਭੈ ਸਿੱਧ ਜਤੀ ਦਾਤੇ, ਨਾਮ ਦੇ ਪ੍ਰਤਾਪ ਸਦਕਾ ਵੱਡੇ ਵੱਡੇ ਜਤੀ ਸਤੀ ਬਣ ਗਏ, ਸਿੱਧ ਬਣ ਗਏ, ਨਾਮ ਦੇ ਪ੍ਰਤਾਪ ਸਦਕਾ ਸੋਝੀ ਆ ਗਈ, ਦੂਸਰਿਆਂ ਨੂੰ ਹੱਥੋਂ ਕੁਝ ਦੇਣ ਵਾਲੇ ਦਾਨੀ ਬਣ ਗਏ। ਨਾਮ ਦੇ ਪ੍ਰਤਾਪ ਸਦਕਾ ਹਰ ਸਿਮਰਨ ਨੀਚ ਚੌਹ ਕੁੰਟ ਜਾਤੇ। ਜਿਨ੍ਹਾਂ ਨੂੰ ਲੋਕੀ ਨੀਚ ਆਖਦੇ, ਸਤਿਗੁਰੂ ਕਹਿੰਦੇ ਨੀਚ ਜਾਤ ਹਰ ਜਪਦੇ ਆ ਉੱਤਮ ਪਦ ਪਾਇਆ। ਸਤਿਗੁਰੂ ਕਹਿੰਦੇ ਨੀਚ ਜਾਤ ਹਰ ਜਪਦੇ ਆ ਉੱਤਮ ਪਦ ਵੀ ਪਾਏ। ਪੁੱਛੋ ਵਿਦਰ ਦਾਸੀ ਸੁਤੇ ਕਿਸ਼ਨ ਉਤਰਿਆ ਘਰ ਜਿਸ ਜਾਏ। ਇਸੇ ਤਰ੍ਹਾਂ ਸਤਿਗੁਰੂ ਕਿਰਪਾ ਕਰ ਰਹੇ ਹਨ, ਰਵਿਦਾਸ ਚਮਾਰ ਉਸਤਤ ਕਰੇ ਹਰ ਕੀਰਤ ਨਿਮਖ ਇੱਕ ਗਾਏ। ਪਤਤ ਜਾਤ ਉੱਤਮ ਭਇਆ ਚਾਰ ਵਰਨ ਪਏ ਪਗਾਏ। ਜਿਹੜਾ ਨਾਮ ਜਪਦਾ ਸਿਮਰਨ ਕਰਦਾ ਉਹਦਾ ਸਤਸੰਗਤ ਉਹਦੀ ਜੈ ਜੈਕਾਰ ਹੋਣੀ ਸੁਭਾਵਿਕ ਹੈ। ਉਹਨੂੰ ਚਾਰੇ ਕੁੰਟਾਂ ਦੇ ਵਿੱਚ ਉਹਦੀ ਜੈ ਜੈਕਾਰ ਵਾਹਿਗੁਰੂ ਪਰਮੇਸ਼ਰ ਆਪ ਕਰਵਾਉਂਦਾ, ਪਰਮਾਤਮਾ ਕਰਵਾਉਂਦਾ, ਵਾਹਿਗੁਰੂ ਕਰਵਾਉਂਦਾ। ਇਹ ਵਾਹਿਗੁਰੂ ਦੇ ਸਿਮਰਨ ਦੀਆਂ ਬਰਕਤਾਂ ਹਨ। ਨਾਮ ਜਪਣ ਵਾਲਿਆਂ ਦੀ ਜੈ ਜੈਕਾਰ ਮਾਲਕ ਨੇ ਆਪ ਕਰਵਾਉਣੀ ਹੈ। ਸੋ ਸਤਿਗੁਰੂ ਜੀ ਕਿਰਪਾ ਕਰ ਰਹੇ ਹਨ, ਹਰ ਸਿਮਰਨ ਧਾਰੀ ਸਭ ਧਰਨਾ। ਹੇ ਭਾਈ ਵਾਹਿਗੁਰੂ ਦੇ ਸਿਮਰਨ ਕਰੋ, ਸਾਰੀ ਧਰਨਾ ਜਿਸਨੇ ਸਾਰੀ ਧਰਤੀ ਜਿਸ ਨਾਮ ਦੇ ਪ੍ਰਤਾਪ ਦੇ ਸਦਕਾ ਕਾਇਮ ਹੈ। ਹਰ ਸਿਮਰਨ ਹਰੀ ਦੇ ਸਿਮਰਨ ਕਰੋ ਜਿਸਨੇ ਸਾਰੀ ਧਰਨੀ ਧਰਤੀ ਆਪਣੇ ਆਸਰੇ ਕਾਇਮ ਕੀਤੀ ਹੈ। ਹੁਣ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦੇ ਨਾਮ ਸਦਕਾ ਹੀ ਸਭ ਕੁਝ ਕਾਇਮ ਹੈ। ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਹਰੀ ਵਾਹਿਗੁਰੂ ਦੇ ਪਰਮਾਤਮਾ ਦੇ ਸਿਮਰਨ ਸਦਕਾ ਹਰ ਕਾਰਨ ਕਰਨਾ, ਕਹਿੰਦੇ ਕਾਰਜਾਂ ਦੇ ਸਾਧਨ ਕਰਨਾ ਕਰਨ ਵਾਲਾ ਉਸ ਮਾਲਕ ਦੇ ਸਿਮਰਨ ਨੂੰ ਸਿਮਰ ਕੇ ਕਹਿੰਦੇ ਉਸ ਨੂੰ ਸਿਮਰਨਾ ਕਰੋ। ਜੋ ਕਾਰਜ ਕਰਨਾ ਹੈ ਉਹ ਹਰੀ ਵਾਹਿਗੁਰੂ ਦੇ ਸਿਮਰਨ ਨੂੰ ਸਿਮਰ ਕੇ ਕਰੋ, ਫਿਰ ਕੋਈ ਵਿਘਨ ਨਹੀਂ ਲੱਗਦਾ। ਹਰ ਕਾਰਨ ਕਰਨਾ,
ਹਰਿ ਸਿਮਰਨ ਕੀਓ ਸਗਲ ਅਕਾਰਾ। ਹਰੀ ਵਾਹਿਗੁਰੂ ਪਰਮੇਸ਼ਰ ਦੇ ਸਿਮਰਨ ਕਰਨ ਵਾਸਤੇ ਇਹ ਸਗਲ ਭਾਵ ਸਾਰਾ ਆਕਾਰਾ ਵਾਹਿਗੁਰੂ ਨੇ ਬਣਾਉਣਾ ਕੀਤਾ ਹੈ। ਹਰ ਸਿਮਰਨ ਮਹਿਆਪ ਨਿਰੰਕਾਰਾ। ਵਾਹਿਗੁਰੂ ਪਰਮੇਸ਼ਰ ਪਰਮਾਤਮਾ ਪਰਮੇਸ਼ਰ ਹਰ ਸਿਮਰਨ ਹਰੀ ਵਾਹਿਗੁਰੂ ਦੇ ਨਾਮ ਸਿਮਰਨ ਕਰਨ ਵਾਲੇ ਦੇ ਵਿੱਚ ਪਰਮੇਸ਼ਰ ਆਪ ਆ ਕੇ ਵਸਦਾ ਭਾਵ ਸਾਖਿਅਤ ਹੋ ਜਾਂਦਾ ਹੈ। ਕਰ ਕਿਰਪਾ ਜਿਸ ਆਪ ਬੁਝਾਇਆ। ਵਾਹਿਗੁਰੂ ਕਿਰਪਾ ਕਰਕੇ ਜਿਸ ਨੂੰ ਆਪ ਬੁਝਾਇਆ ਭਾਵ ਆਪਣੇ ਆਪ ਇਹ ਸਮਝਾ ਦੇਵੇ, ਕਿਉਂਕਿ ਸਮਝਾਵੇਗਾ ਉਦੋਂ ਜਦੋਂ ਸਿਮਰਨ ਕਰੇਗਾ। ਹਰ ਸਿਮਰਨ ਹੈ ਆਪ ਨਿਰੰਕਾਰਾ। ਸਿਮਰਨ ਕਰਦਿਆਂ ਕਰਦਿਆਂ ਨਾਮ ਜਪਦਿਆਂ ਜਪਦਿਆਂ ਨਾਮ ਜਪਦਿਆਂ ਜਪਦਿਆਂ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਇੱਕ ਮਿੱਕ ਹੋ ਜਾਂਦਾ। ਫਿਰ ਵਾਹਿਗੁਰੂ ਕਿਰਪਾ ਕੀ ਕਰਦਾ? ਕਰ ਕਿਰਪਾ ਜਿਸ ਆਪ ਵਿਝਾਇਆ ਵਾਹਿਗੁਰੂ ਪਰਮੇਸ਼ਰ ਇਹ ਸਮਝਾ ਜਾਂਦਾ। ਨਾਨਕ ਗੁਰਮੁਖ ਹਰ ਸਿਮਰਨ ਤਿੰਨ ਪਾਇਆ। ਕਹਿੰਦੇ ਭਾਈ ਸਤਿਗੁਰੂ ਜੀ ਕਥਨ ਕਰਦੇ ਨੇ, ਨਾਨਕ ਗੁਰਮੁਖ ਉਸ ਗੁਰਮੁਖ ਨੂੰ ਨਾਨਕ ਗੁਰਮੁਖ ਹਰ ਸਿਮਰਨ ਤਿੰਨ ਪਾਇਆ। ਕਹਿੰਦੇ ਵਾਹਿਗੁਰੂ ਦਾ ਸਿਮਰਨ ਕਰਕੇ ਉਹ ਵਾਹਿਗੁਰੂ ਪਰਮੇਸ਼ਰ ਨੂੰ ਪਾ ਲੈਂਦਾ ਹੈ ਗੁਰਮੁਖ ਬਣ ਕੇ। ਗੁਰਮੁਖ ਬਣ ਕੇ ਇਹ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਵਿੱਚ ਬਰਕਤਾਂ ਹਨ, ਇਹ ਬਰਕਤਾਂ ਹਨ ਭਾਈ। ਕਰ ਕਿਰਪਾ ਜਿਸ ਆਪ ਬੁਝਾਇਆ। ਵਾਹਿਗੁਰੂ ਕਿਰਪਾ ਕਰਕੇ ਨਾਮ ਜਪਣ ਸਦਕਾ ਆਪਣਾ ਜਨ ਜਾਣਦਿਆਂ ਹੋਇਆਂ ਸੇਵਕ ਜਾਣਦਿਆਂ ਇਹ ਸਮਝਾ ਦਿੰਦੇ ਨੇ, ਨਾਨਕ ਗੁਰਮੁਖ ਹਰ ਸਿਮਰਨ ਤਿੰਨ ਪਾਇਆ। ਇਹ ਸੂਝੀ ਬਖਸ਼ ਦਿੰਦੇ ਨੇ, ਇਹ ਗਿਆਨ ਬਖਸ਼ ਦਿੰਦੇ ਨੇ ਸਤਿਗੁਰੂ। ਗੁਰਮੁਖ ਹਰ ਸਿਮਰਨ ਤਿੰਨ ਪਾਇਆ। ਹਰੀ ਵਾਹਿਗੁਰੂ ਦਾ ਸਿਮਰਨ ਨੂੰ ਗੁਰਮੁਖ ਜਨ ਪਾਉਣਾ ਕਰਦਾ ਹੈ। ਸੋ ਆਓ ਜਦੋਂ ਮਾਲਕ ਪਰਮੇਸ਼ਰ ਦੇ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਇੰਨੀਆਂ ਬਰਕਤਾਂ ਹਨ, ਇੰਨੀਆਂ ਬਖਸ਼ਿਸ਼ਾਂ ਹਨ, ਇੰਨੀਆਂ ਮਿਹਰਾਂ ਹਨ, ਅਫਸੋਸ ਅਸੀਂ ਪੜ੍ਹ ਲੈਂਦੇ ਹਾਂ, ਸੁਣ ਲੈਂਦੇ ਹਾਂ, ਕਿੰਨਾ ਪ੍ਰਚਾਰ ਹੋ ਰਿਹਾ ਟੀਵੀ ਤੇ, ਤਕਰੀਬਨ ਵੱਡੇ ਹਰ ਇੱਕ ਸਥਾਨ ਤੋਂ ਲਾਈਵ ਚੱਲਦੇ ਨੇ ਗੁਰਬਾਣੀ ਦੇ ਕੀਰਤਨ ਕਥਾ। ਅਸੀਂ ਘਰਾਂ ਵਿੱਚ ਟੀਵੀ ਆਨ ਵੀ ਕਰ ਲੈਂਦੇ ਹਾਂ, ਅੱਗੇ ਵੀ ਬੈਠ ਜਾਂਦੇ ਹਾਂ, ਪਰ ਜੋ ਉਪਦੇਸ਼ ਸਾਡੇ ਤੱਕ ਪਹੁੰਚਦਾ ਹੈ ਅਸੀਂ ਪਹਿਲੀ ਗੱਲ ਸੁਣਨ ਨੂੰ ਤਿਆਰ ਨਹੀਂ, ਜੇ ਸੁਣ ਵੀ ਲਿਆ ਤਾਂ ਮੰਨਣ ਨੂੰ ਤਿਆਰ ਨਹੀਂ। ਭਲਾ ਕਦੋਂ ਹੋਵੇਗਾ ਜਦੋਂ ਸੁਣਿਆ ਮੰਨਿਆ ਮਨ ਕੀਤਾ ਭਾਓ, ਜਦੋਂ ਸੁਣਾਂਗੇ ਸੁਣ ਕੇ ਕਮਾਵਾਂਗੇ ਮੰਨਾਂਗੇ, ਫਿਰ ਜਦੋਂ ਮੰਨ ਲਿਆ ਨਾ ਫਿਰ ਵਾਹਿਗੁਰੂ ਕਿਰਪਾ ਕਰ ਦਿੰਦੇ ਨੇ। ਮੰਨੇ ਕੀ ਗੱਤ ਕਹੀ ਨਾ ਜਾਏ, ਕਿਹਾ ਨਹੀਂ ਜਾ ਸਕਦਾ,
ਮੰਨੇ ਪਾਵ ਹੈ ਮੋਖ ਦੁਆਰ, ਮੁਕਤੀ ਦਾ ਦਰਵਾਜ਼ਾ ਪਾ ਲੈਂਦੇ ਨੇ। ਇਸ ਕਰਕੇ ਭਾਈ ਸੁਣ ਕੇ ਮੰਨ ਕੇ ਕਮਾਉਣਾ ਜੋ ਉਪਦੇਸ਼ ਹੈ, ਹੁਣ ਸਤਿਗੁਰਾਂ ਨੇ ਉਪਦੇਸ਼ ਬਖਸ਼ਿਸ਼ ਕੀਤਾ ਇਸ ਅਸ਼ਟਪਦੀ ਦੇ ਵਿੱਚ ਨਾਮ ਸਿਮਰਨ ਬਾਰੇ। ਵਾਹਿਗੁਰੂ ਦਾ ਸਿਮਰਨ, ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਸਾਰੀਆਂ ਜਿੰਨੇ ਕਰਮ ਧਰਮ ਜੋ ਵੀ ਧਾਰਮਿਕ ਆਪਾਂ ਵੇਖਦੇ ਹਾਂ, ਸਭ ਤੋਂ ਉੱਚਾ ਵਾਹਿਗੁਰੂ ਦਾ ਸਿਮਰਨ ਹੈ। ਫਿਰ ਜਦੋਂ ਸਤਿਗੁਰੂ ਨੇ ਕਹਿ ਦਿੱਤਾ ਫਿਰ ਸਾਨੂੰ ਸਿਮਰਨ ਕਰਨਾ ਚਾਹੀਦਾ। ਕਿੰਨਾ ਸਮਾਂ? ਜਿੰਨਾ ਕਰ ਸਕੀਏ। ਸਤਿਗੁਰਾਂ ਦਾ ਤਾਂ ਹੁਕਮ ਹੈ, ਉਠਤ ਬੈਠਤ ਸੋਭਤ ਨਾਮ, ਕਹੋ ਨਾਨਕ ਜਨ ਕੈ ਸਦਕਾਮ। ਕਹਿੰਦੇ ਭਾਈ ਉੱਠਦਿਆਂ ਬਹਿੰਦਿਆਂ, ਸਾਸ ਗਿਰਾਸ ਖਾਂਦਿਆਂ ਪੀਂਦਿਆਂ ਉਸ ਮਾਲਕ ਨੂੰ ਹਮੇਸ਼ਾ ਯਾਦ ਰੱਖੀਏ। ਜਦੋਂ ਯਾਦ ਰੱਖਾਂਗੇ ਫਿਰ ਸਤਿਗੁਰੂ ਕਿਰਪਾ ਕਰ ਦਿੰਦੇ ਨੇ। ਨਾਨਕ ਨਦਰੀ ਨਦਰ ਨਿਹਾਲ, ਸਤਿਗੁਰੂ ਜੀ ਕਿਰਪਾ ਕਰ ਦਿੰਦੇ ਨੇ। ਸੋ ਆਓ ਇੱਥੇ ਸਮਾਪਤੀ ਕਰੀਏ ਜੀ, ਸਮਾਂ ਹੋ ਚੁੱਕਾ ਹੈ। ਵਿਚਾਰਾਂ ਕਰਦਿਆਂ ਅਨੇਕਾਂ ਤਰ੍ਹਾਂ ਦੀਆਂ ਗਲਤੀਆਂ ਭੁੱਲਾਂ ਹੋ ਜਾਂਦੀਆਂ ਨੇ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ, ਕਿਰਪਾ ਕਰਕੇ ਬਖਸ਼ ਦੇਣਾ ਜੀ। ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ, ਦਿਵਸ ਰਾਤ ਦੋਏ ਦਾਈ ਦਾਇਆ ਖਿਲ ਸਗਲ ਜਗਤ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਚਲੇ ਕੀਤੀ ਛੁੱਟੀ ਨਾਲ, ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਚਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।